ਪਿਛਲੇ ਬਹੁਤ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਨਐਚਐਮ ਮੁਲਾਜ਼ਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਐਨਐਚਐਮ ਇੰਪਲੋਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੀਤਾ ਗਿਆ, ਜਿਸ ਵਿੱਚ ਫਗਵਾੜਾ ਤੋਂ ਵੀ ਜੱਥਾ ਸ਼ਾਮਿਲ ਹੋਇਆ। ਫਗਵਾੜਾ ਤੋਂ ਰਵਾਨਗੀ ਤੋਂ ਪਹਿਲਾਂ ਫਗਵਾੜਾ ਤੋਂ ਮੈਡਮ ਡਾਕਟਰ ਪ੍ਰਭਜੋਤ ਜੱਬਲ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਦਾਅਵਿਆਂ 'ਤੇ ਭਰੋਸਾ ਕਰਕੇ ਸਭ ਵੱਲੋਂ ਵੋਟਾਂ ਪਾ ਕੇ ਭਗਵੰਤ ਮਾਨ ਦੀ ਸਰਕਾਰ ਬਣਾਈ ਗਈ, ਜਿਸ ਤੋਂ ਸਭ ਬਹੁਤ ਉਮੀਦਾਂ ਰੱਖ ਰਹੇ ਸੀ। ਪਰ ਪਿਛਲੀ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਟਾਲ ਮਟੋਲ ਵਾਲੀ ਨੀਤੀ ਉੱਤੇ ਚੱਲ ਰਹੀ ਹੈ ਅਤੇ ਸਾਡੀ ਮਿਹਨਤ ਨੂੰ ਅਣਦੇਖਾ ਕੀਤਾ ਜਾ ਰਿਹਾ, ਜੋ ਕਿ ਹੁਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਕਟਰ ਪ੍ਰਭਜੋਤ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਮਾਮਲੇ 'ਤੇ ਇੱਕ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ ਗਿਆ। ਕੇਆਰਟੀ ਨਿਊਜ਼ ਨੈਟਵਰਕ ਲਈ ਫਗਵਾੜਾ ਤੋਂ ਰਮਨ ਬਹਿਲ ਦੀ ਰਿਪੋਰਟ। ਸਰਕਾਰ ਨੂੰ ਦੱਸਣ ਆਏ ਹਾਂ ਕਿ ਅਸੀਂ ਉਹੀ ਯੋਧੇ ਹਾਂ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਦਿਨ ਰਾਤ ਕੰਮ ਕੀਤਾ, ਤੇ ਇਹ ਮਾਨ ਸਰਕਾਰ ਜੋ ਕਿ ਗੁਜਰਾਤ 'ਚ ਜਾ ਕੇ ਪੱਕੇ ਹੋਣ ਦਾ ਦਾਅਵਾ ਕਰ ਰਹੀ ਹੈ। ਅਸੀਂ ਇਹਨਾਂ ਨੂੰ ਦੱਸਣ ਆਏ ਹਾਂ ਕਿ ਸਿਹਤ ਮਹਿਕਮੇ ਦੀ ਰੀੜ੍ਹ ਦੀ ਹੱਡੀ ਐਨਐਚਐਮ ਜਿਹੜੀ ਆ ਉਹ ਕੱਚੀ ਆ ਤੇ ਅੱਜ ਸੜਕਾਂ 'ਤੇ ਖੜੀ ਆ। ਇਹੋ ਜਿਹੇ ਐਪਰਨ ਸਾਨੂੰ ਪਾ ਕੇ ਸਾਨੂੰ ਇੰਨੀ ਪੜ੍ਹਾਈ ਲਿਖਾਈ ਕਰਕੇ ਸਾਨੂੰ ਸੜਕਾਂ 'ਤੇ ਅਗਰ ਬੈਠਣਾ ਪੈਂਦਾ ਆ, ਅਸਬੂਤ ਆ ਇੰਨਾ ਕੰਮ ਕੀਤੇ ਦਾ ਜਿਹੜਾ ਅਸੀਂ ਕੰਮ ਕੀਤਾ ਆ, ਕਿਉਂਕਿ ਸ਼ਾਇਦ ਭੁੱਲ ਗਏ ਨੇ ਜਦੋਂ ਸੜਕਾਂ ਦੇ ਉੱਤੇ ਕੋਈ ਨਹੀਂ ਸੀ ਉਦੋਂ ਇਹੀ ਕੰਮ ਜਿਹੜੇ ਆ ਕੇ ਖੜੇ ਸੀਗੇ ਅਤੇ ਲੜੇ ਸੀਗੇ, ਉਦੋਂ ਸਾਰੇ ਆਪਣੇ ਘਰਾਂ 'ਚ ਬੰਦ ਸੀ ਅਤੇ ਅੱਜ ਇਹਨਾਂ ਨੂੰ ਉਹ ਦਿਖਾਈ ਨਹੀਂ ਦੇ ਰਹੇ। ਸ਼ਾਇਦ ਇਹਨਾਂ ਲਈ ਜਾਨ ਬਚਾਉਣ ਵਾਲਾ ਦੀ ਕੀਮਤ ਕੋਈ ਨਹੀਂ ਆ। ਅਗਰ ਕੋਈ ਸੁਸਾਈਡ ਕਰ ਲੈਂਦਾ ਆ ਜਾਂ ਕਿਸੇ ਦੀ ਡੈਥ ਹੋ ਜਾਂਦੀ ਆ ਰੋਡ ਐਕਸੀਡੈਂਟ 'ਚ, ਉਹਦੀ ਜਾਨ ਸ਼ਾਇਦ ਜ਼ਿਆਦਾ ਕੀਮਤੀ ਮੰਨਦੇ ਆ, ਕਿਉਂਕਿ ਜਿਹੜੇ ਲੋਕ ਲੱਖਾਂ ਲੋਕਾਂ ਦੀ ਜਿਹੜੀ ਜਾਨ ਬਚਾਉਂਦੇ ਆ ਉਹ ਇਹਨਾਂ ਲਈ ਮਾਇਨੇ ਨਹੀਂ ਰੱਖਦਾ। ਅਤੇ ਅਸੀਂ ਦੱਸਣ ਆਏ ਹਾਂ ਕਿ ਜੇ ਅਸੀਂ ਚੁੱਪ ਕੀਤੇ ਹੋਏ ਹੋਸਪਿਟਲਾਂ 'ਚ ਕੰਮ ਕਰ ਰਹੇ ਹਾਂ ਤਾਂ ਸਾਡੀ ਚੁੱਪੀ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਔਰ ਇੱਥੇ ਆਉਣ ਲਈ ਵੀ ਸਾਨੂੰ ਇਸ ਸਰਕਾਰ ਨੇ ਮਜਬੂਰ ਕੀਤਾ ਆ, ਔਰ ਅਗਰ ਇਹ ਚਾਹੁੰਦੇ ਆ ਕਿ ਇੱਦਾਂ ਦੇ ਕੰਮ ਨਾ ਹੋਣ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਇੱਕ ਯੂਨੀਵਰਸਲ ਪੋਲਿਸੀ ਲਿਆ ਕੇ, ਚਾਹੇ 3 ਸਾਲ, ਚਾਹੇ 5 ਸਾਲ, ਚਾਹੇ 7 ਸਾਲ, ਚਾਹੇ 10 ਸਾਲ, ਕੋਈ ਵੀ ਲਿਆ ਕੇ ਯੂਨੀਵਰਸਲ ਇੱਕ ਸ਼ਬਦ ਜਿਹੜਾ ਉਹ 'ਚ ਐਡ ਕਰਕੇ ਉਹਦੇ ਨਾਲ ਕੀ ਹੋਏਗਾ, ਜਿੱਦਾਂ ਜਿੱਦਾਂ ਮੁਲਾਜ਼ਮ ਨੂੰ 3 ਸਾਲ, 5 ਸਾਲ, 7 ਸਾਲ, 10 ਸਾਲ ਉਹ ਹੁੰਦਾ ਜਾਏਗਾ, ਉਹ ਕੁਦਰਤੀ ਤੌਰ 'ਤੇ ਪੱਕਾ ਹੁੰਦਾ ਜਾਏਗਾ। ਇਹਨਾਂ ਉਹਨਾਂ ਨੂੰ ਇੱਕ ਜੋਬ ਸਿਕਿਉਰਿਟੀ ਹੋ ਜਾਏਗੀ। ਔਰ ਇੰਨਾ ਕੁ ਤਾਂ ਅਗਰ ਇਹ ਠੇਕਾ ਪ੍ਰਥਾ ਖਤਮ ਕਰਨਾ ਚਾਹੁੰਦੇ ਆ, ਮੁਕਾਉਣਾ ਚਾਹੁੰਦੇ ਆ, ਤਾਂ ਉਹ ਇਹਨਾਂ ਨੂੰ ਕਰਨਾ ਚਾਹੀਦਾ ਆ, ਕਿਉਂਕਿ ਅਗਰ ਇਹ ਮੰਨਦੇ ਨੇ ਕਿ ਹੈਲਥ ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਇਓਰਿਟੀ ਆ ਅਤੇ ਸਿਹਤ ਮਹਿਕਮੇ ਦੀ ਰੀੜ੍ਹ ਦੀ ਹੱਡੀ ਹੀ ਐਨਐਚਐਮ ਆ 70% ਤੋਂ 80%, ਹੋਰ ਕੋਈ ਮੁਲਾਜ਼ਮ ਹੀ ਨਹੀਂ ਆ, ਅਤੇ ਇਹਨਾਂ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਹੱਲ ਕਰਨ। ਜੇ ਅੱਜ ਸਾਡਾ ਹੱਲ ਨਹੀਂ ਕਰਦੇ ਤਾਂ ਇਸ ਤੋਂ ਬਾਅਦ ਵੀ ਅਸੀਂ ਜਲਦੀ ਜਿਹੜੀ ਆ ਆਪਣੀ ਅਗਲੀ ਰਣਨੀਤੀ ਬਣਾ ਕੇ ਤੁਹਾਡੇ ਸਾਹਮਣੇ ਅਸੀਂ ਦੱਸਾਂਗੇ, ਔਰ ਅੱਜ ਅਸੀਂ ਇੱਥੋਂ ਜਿਹੜੀ ਆ ਹਿੱਲਾਂਗੇ ਨਹੀਂ ਜਦ ਤੱਕ ਸਾਡਾ ਹੱਲ ਨਹੀਂ ਕਰਦੇ। ਧੰਨਵਾਦ।